ਪਾਕਿਸਤਾਨ ਦੇ ਅੰਦਰ ਲਗਾਤਾਰ ਅਕਲੀਅਤਾਂ ਦੇ ਉੱਤੇ ਜਿਹੜਾ ਹਮਲਾ ਹੁੰਦਾ ਹੈ, ਮੈਨੂੰ ਬੜਾ ਦੁੱਖ ਆ ਜਦੋਂ ਮੈਂ ਇਹ ਜਾਣਕਾਰੀ ਮਿਲੀ ਕਿ ਪਾਕਿਸਤਾਨ ਦੇ ਸਿੰਧ ਅੰਦਰ ਥਾਰਪਾਕਰ ਜ਼ਿਲ੍ਹੇ ਦੇ ਅੰਦਰ ਇੱਕ ਮੰਦਿਰ ਨੂੰ ਬੁਲਡੋਜ਼ਰ ਲਿਆ ਕੇ ਤੋੜਿਆ ਗਿਆ। ਇਹ ਇਤਿਹਾਸਿਕ ਮੰਦਿਰ ਜਿਹੜਾ ਸੀ ਉਹਨੂੰ ਤੋੜਨ ਵਾਸਤੇ ਕੱਟੜਵਾਦੀ ਜਿਹੜੇ ਲੋਕ ਸੀ ਉਹ ਨਾਲ ਆਉਂਦੇ ਨੇ, ਨਾਅਰੇ ਲਗਾਉਂਦੇ ਆਉਂਦੇ ਨੇ ਆਪਣੇ ਧਰਮ ਦੇ, ਔਰ ਉਸ JCB ਦੇ ਨਾਲ ਆ ਕੇ ਇਸ ਮੰਦਿਰ ਨੂੰ ਤੋੜ ਦਿੰਦੇ ਨੇ। ਔਰ ਜਦੋਂ ਤੋੜਿਆ ਜਾ ਰਿਹਾ ਤਾਂ ਉੱਥੇ ਜਿਹੜੇ ਇੱਕ ਵਿਸ਼ੇਸ਼ ਧਰਮ ਦੇ ਨਾਅਰੇ ਲਗਾਏ ਜਾ ਰਹੇ ਨੇ, ਇਸ ਤਰ੍ਹਾਂ ਦਾ ਜਿਹੜਾ ਉੱਥੇ ਹਾਲਾਤ ਬਣਾਏ ਜਾ ਰਹੇ ਨੇ ਕਿ ਜਿਹੜਾ ਸਿੱਖ ਔਰ ਹਿੰਦੂ ਭਾਈਚਾਰਾ ਹੈ ਉਹ ਆਪਣਾ ਧਰਮ ਛੱਡ ਕੇ ਇਸਲਾਮ ਕਬੂਲ ਕਰੇ। ਬਹੁਤ ਗਿਣਤੀ ਲੋਕ ਜਿਹੜੇ ਨੇ ਇਸਲਾਮ ਕਬੂਲ ਕਰ ਚੁੱਕੇ ਨੇ, ਸਾਡਾ ਸਿੱਖ ਭਾਈਚਾਰਾ ਵੀ ਜਿਹੜਾ ਉੱਥੇ ਕੁੱਲ 8-10 ਹਜ਼ਾਰ ਲੋਕ ਬਚੇ ਨੇ, ਲੱਖਾਂ ਦੀ ਤਾਦਾਦ ਹੁੰਦੇ ਸੀ, ਔਰ ਬਹੁਤ ਸਾਰੇ ਗੁਰਦੁਆਰਿਆਂ 'ਤੇ ਕਬਜ਼ੇ ਕਰ ਲਏ ਗਏ, ਉਹਨਾਂ ਦੀ ਜ਼ਮੀਨਾਂ ਵੇਚ ਦਿੱਤੀਆਂ ਗਈਆਂ, ਇੱਕ ਗੁਰਦੁਆਰਾ ਸਾਹਿਬ 'ਚ ਤਾਂ ਮਾਰਕੀਟ ਬਣਾ ਦਿੱਤੀ ਗਈ। ਪਰ ਜਿਹੜੀ ਇਹ ਕੱਲ੍ਹ ਦੀ ਪਰਸੋਂ ਦੀ ਘਟਨਾ ਹੈ ਇਹ ਬਹੁਤ ਦੁਖਦਾਈ ਆ ਕਿ ਤੁਸੀਂ ਕਿਸੇ ਧਰਮ ਦਾ ਮੰਦਿਰ ਬੁਲਡੋਜ਼ਰਾਂ ਨਾਲ ਗਿਰਾ ਰਹੇ ਜੀ, ਔਰ ਫਿਰ ਉੱਥੇ ਇੱਕ ਵਿਸ਼ੇਸ਼ ਧਰਮ ਦੇ ਨਾਅਰੇ ਲਗਾ ਰਹੇ ਜੀ, ਇਹਦੀ ਮੈਂ ਕੱਟੇ ਕੜੇ ਸ਼ਬਦਾਂ 'ਚ ਇੱਥੇ ਨਿੰਦਾ ਕਰਦਾ ਹੈ। ਉੱਥੇ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਬੇਨਤੀ ਕਰਦਾ ਹੈ ਕਿ ਤੁਹਾਨੂੰ ਇਸ ਦਾ ਸੰਗਿਆਨ ਲੈਣਾ ਚਾਹੀਦਾ ਹੈ, ਔਰ ਜਿਹੜੇ ਉੱਥੇ ਬਚੇ ਲੋਕ ਨੇ ਉਹਨਾਂ ਦਾ ਘੱਟੋ ਘੱਟ ਕੋਈ ਬਚਾਅ ਹੋ ਸਕੇ, ਉਹਨਾਂ ਦਾ ਧਰਮ ਬਚ ਸਕੇ, ਉਹਨਾਂ ਦੀ ਪਰਿਵਾਰ ਬਚ ਸਕਣ, ਉਹਨਾਂ ਦੀਆਂ ਬੱਚੀਆਂ ਨੂੰ ਬਚਾਇਆ ਜਾ ਸਕੇ, ਇਹਦੇ ਵਾਸਤੇ ਵਿਦੇਸ਼ ਮੰਤਰਾਲਿਆਂ ਨੂੰ ਹੋਰ ਕੜੇ ਸ਼ਬਦ ਕੜੇ ਫੈਸਲੇ ਔਰ ਕੜੇ ਕਦਮ ਚੁੱਕਣ ਦੀ ਲੋੜ ਆ। ਪਾਕਿਸਤਾਨ ਦੇ ਅੰਦਰ ਲਗਾਤਾਰ ਅਕਲੀਅਤਾਂ ਦੇ ਉੱਤੇ ਜਿਹੜਾ ਹਮਲਾ ਹੁੰਦਾ ਹੈ, ਮੈਨੂੰ ਬੜਾ ਦੁੱਖ ਆ ਜਦੋਂ ਮੈਂ ਇਹ ਜਾਣਕਾਰੀ ਮਿਲੀ ਕਿ ਪਾਕਿਸਤਾਨ ਦੇ ਸਿੰਧ ਅੰਦਰ ਥਾਰਪਾਕਰ ਜ਼ਿਲ੍ਹੇ ਦੇ ਅੰਦਰ ਇੱਕ ਮੰਦਿਰ ਨੂੰ ਬੁਲਡੋਜ਼ਰ ਲਿਆ ਕੇ ਤੋੜਿਆ ਗਿਆ। ਇਹ ਇਤਿਹਾਸਿਕ ਮੰਦਿਰ ਜਿਹੜਾ ਸੀ ਉਹਨੂੰ ਤੋੜਨ ਵਾਸਤੇ ਕੱਟੜਵਾਦੀ ਜਿਹੜੇ ਲੋਕ ਸੀ ਉਹ ਨਾਲ ਆਉਂਦੇ ਨੇ, ਨਾਅਰੇ ਲਗਾਉਂਦੇ ਆਉਂਦੇ ਨੇ ਆਪਣੇ ਧਰਮ ਦੇ, ਔਰ ਉਸ JCB ਦੇ ਨਾਲ ਆ ਕੇ ਇਸ ਮੰਦਿਰ ਨੂੰ ਤੋੜ ਦਿੰਦੇ ਨੇ। ਔਰ ਜਦੋਂ ਤੋੜਿਆ ਜਾ ਰਿਹਾ ਤਾਂ ਉੱਥੇ ਜਿਹੜੇ ਇੱਕ ਵਿਸ਼ੇਸ਼ ਧਰਮ ਦੇ ਨਾਅਰੇ ਲਗਾਏ ਜਾ ਰਹੇ ਨੇ, ਇਸ ਤਰ੍ਹਾਂ ਦਾ ਜਿਹੜਾ ਉੱਥੇ ਹਾਲਾਤ ਬਣਾਏ ਜਾ ਰਹੇ ਨੇ ਕਿ ਜਿਹੜਾ ਸਿੱਖ ਔਰ ਹਿੰਦੂ ਭਾਈਚਾਰਾ ਹੈ ਉਹ ਆਪਣਾ ਧਰਮ ਛੱਡ ਕੇ ਇਸਲਾਮ ਕਬੂਲ ਕਰੇ। ਬਹੁਤ ਗਿਣਤੀ ਲੋਕ ਜਿਹੜੇ ਨੇ ਇਸਲਾਮ ਕਬੂਲ ਕਰ ਚੁੱਕੇ ਨੇ, ਸਾਡਾ ਸਿੱਖ ਭਾਈਚਾਰਾ ਵੀ ਜਿਹੜਾ ਉੱਥੇ ਕੁੱਲ 8-10 ਹਜ਼ਾਰ ਲੋਕ ਬਚੇ ਨੇ, ਲੱਖਾਂ ਦੀ ਤਾਦਾਦ ਹੁੰਦੇ ਸੀ, ਔਰ ਬਹੁਤ ਸਾਰੇ ਗੁਰਦੁਆਰਿਆਂ 'ਤੇ ਕਬਜ਼ੇ ਕਰ ਲਏ ਗਏ, ਉਹਨਾਂ ਦੀ ਜ਼ਮੀਨਾਂ ਵੇਚ ਦਿੱਤੀਆਂ ਗਈਆਂ, ਇੱਕ ਗੁਰਦੁਆਰਾ ਸਾਹਿਬ 'ਚ ਤਾਂ ਮਾਰਕੀਟ ਬਣਾ ਦਿੱਤੀ ਗਈ। ਪਰ ਜਿਹੜੀ ਇਹ ਕੱਲ੍ਹ ਦੀ ਪਰਸੋਂ ਦੀ ਘਟਨਾ ਹੈ ਇਹ ਬਹੁਤ ਦੁਖਦਾਈ ਆ ਕਿ ਤੁਸੀਂ ਕਿਸੇ ਧਰਮ ਦਾ ਮੰਦਿਰ ਬੁਲਡੋਜ਼ਰਾਂ ਨਾਲ ਗਿਰਾ ਰਹੇ ਜੀ, ਔਰ ਫਿਰ ਉੱਥੇ ਇੱਕ ਵਿਸ਼ੇਸ਼ ਧਰਮ ਦੇ ਨਾਅਰੇ ਲਗਾ ਰਹੇ ਜੀ, ਇਹਦੀ ਮੈਂ ਕੱਟੇ ਕੜੇ ਸ਼ਬਦਾਂ 'ਚ ਇੱਥੇ ਨਿੰਦਾ ਕਰਦਾ ਹੈ। ਉੱਥੇ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਬੇਨਤੀ ਕਰਦਾ ਹੈ ਕਿ ਤੁਹਾਨੂੰ ਇਸ ਦਾ ਸੰਗਿਆਨ ਲੈਣਾ ਚਾਹੀਦਾ ਹੈ, ਔਰ ਜਿਹੜੇ ਉੱਥੇ ਬਚੇ ਲੋਕ ਨੇ ਉਹਨਾਂ ਦਾ ਘੱਟੋ ਘੱਟ ਕੋਈ ਬਚਾਅ ਹੋ ਸਕੇ, ਉਹਨਾਂ ਦਾ ਧਰਮ ਬਚ ਸਕੇ, ਉਹਨਾਂ ਦੀ ਪਰਿਵਾਰ ਬਚ ਸਕਣ, ਉਹਨਾਂ ਦੀਆਂ ਬੱਚੀਆਂ ਨੂੰ ਬਚਾਇਆ ਜਾ ਸਕੇ, ਇਹਦੇ ਵਾਸਤੇ ਵਿਦੇਸ਼ ਮੰਤਰਾਲਿਆਂ ਨੂੰ ਹੋਰ ਕੜੇ ਸ਼ਬਦ ਕੜੇ ਫੈਸਲੇ ਔਰ ਕੜੇ ਕਦਮ ਚੁੱਕਣ ਦੀ ਲੋੜ ਆ। ਪਾਕਿਸਤਾਨ ਦੇ ਅੰਦਰ ਲਗਾਤਾਰ ਅਕਲੀਅਤਾਂ ਦੇ ਉੱਤੇ ਜਿਹੜਾ ਹਮਲਾ ਹੁੰਦਾ ਹੈ, ਮੈਨੂੰ ਬੜਾ ਦੁੱਖ ਆ ਜਦੋਂ ਮੈਂ ਇਹ ਜਾਣਕਾਰੀ ਮਿਲੀ ਕਿ ਪਾਕਿਸਤਾਨ ਦੇ ਸਿੰਧ ਅੰਦਰ ਥਾਰਪਾਕਰ ਜ਼ਿਲ੍ਹੇ ਦੇ ਅੰਦਰ ਇੱਕ ਮੰਦਿਰ ਨੂੰ ਬੁਲਡੋਜ਼ਰ ਲਿਆ ਕੇ ਤੋੜਿਆ ਗਿਆ। ਇਹ ਇਤਿਹਾਸਿਕ ਮੰਦਿਰ ਜਿਹੜਾ ਸੀ ਉਹਨੂੰ ਤੋੜਨ ਵਾਸਤੇ ਕੱਟੜਵਾਦੀ ਜਿਹੜੇ ਲੋਕ ਸੀ ਉਹ ਨਾਲ ਆਉਂਦੇ ਨੇ, ਨਾਅਰੇ ਲਗਾਉਂਦੇ ਆਉਂਦੇ ਨੇ ਆਪਣੇ ਧਰਮ ਦੇ, ਔਰ ਉਸ JCB ਦੇ ਨਾਲ ਆ ਕੇ ਇਸ ਮੰਦਿਰ ਨੂੰ ਤੋੜ ਦਿੰਦੇ ਨੇ। ਔਰ ਜਦੋਂ ਤੋੜਿਆ ਜਾ ਰਿਹਾ ਤਾਂ ਉੱਥੇ ਜਿਹੜੇ ਇੱਕ ਵਿਸ਼ੇਸ਼ ਧਰਮ ਦੇ ਨਾਅਰੇ ਲਗਾਏ ਜਾ ਰਹੇ ਨੇ, ਇਸ ਤਰ੍ਹਾਂ ਦਾ ਜਿਹੜਾ ਉੱਥੇ ਹਾਲਾਤ ਬਣਾਏ ਜਾ ਰਹੇ ਨੇ ਕਿ ਜਿਹੜਾ ਸਿੱਖ ਔਰ ਹਿੰਦੂ ਭਾਈਚਾਰਾ ਹੈ ਉਹ ਆਪਣਾ ਧਰਮ ਛੱਡ ਕੇ ਇਸਲਾਮ ਕਬੂਲ ਕਰੇ। ਬਹੁਤ ਗਿਣਤੀ ਲੋਕ ਜਿਹੜੇ ਨੇ ਇਸਲਾਮ ਕਬੂਲ ਕਰ ਚੁੱਕੇ ਨੇ, ਸਾਡਾ ਸਿੱਖ ਭਾਈਚਾਰਾ ਵੀ ਜਿਹੜਾ ਉੱਥੇ ਕੁੱਲ 8-10 ਹਜ਼ਾਰ ਲੋਕ ਬਚੇ ਨੇ, ਲੱਖਾਂ ਦੀ ਤਾਦਾਦ ਹੁੰਦੇ ਸੀ, ਔਰ ਬਹੁਤ ਸਾਰੇ ਗੁਰਦੁਆਰਿਆਂ 'ਤੇ ਕਬਜ਼ੇ ਕਰ ਲਏ ਗਏ, ਉਹਨਾਂ ਦੀ ਜ਼ਮੀਨਾਂ ਵੇਚ ਦਿੱਤੀਆਂ ਗਈਆਂ, ਇੱਕ ਗੁਰਦੁਆਰਾ ਸਾਹਿਬ 'ਚ ਤਾਂ ਮਾਰਕੀਟ ਬਣਾ ਦਿੱਤੀ ਗਈ। ਪਰ ਜਿਹੜੀ ਇਹ ਕੱਲ੍ਹ ਦੀ ਪਰਸੋਂ ਦੀ ਘਟਨਾ ਹੈ ਇਹ ਬਹੁਤ ਦੁਖਦਾਈ ਆ ਕਿ ਤੁਸੀਂ ਕਿਸੇ ਧਰਮ ਦਾ ਮੰਦਿਰ ਬੁਲਡੋਜ਼ਰਾਂ ਨਾਲ ਗਿਰਾ ਰਹੇ ਜੀ, ਔਰ ਫਿਰ ਉੱਥੇ ਇੱਕ ਵਿਸ਼ੇਸ਼ ਧਰਮ ਦੇ ਨਾਅਰੇ ਲਗਾ ਰਹੇ ਜੀ, ਇਹਦੀ ਮੈਂ ਕੱਟੇ ਕੜੇ ਸ਼ਬਦਾਂ 'ਚ ਇੱਥੇ ਨਿੰਦਾ ਕਰਦਾ ਹੈ। ਉੱਥੇ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਬੇਨਤੀ ਕਰਦਾ ਹੈ ਕਿ ਤੁਹਾਨੂੰ ਇਸ ਦਾ ਸੰਗਿਆਨ ਲੈਣਾ ਚਾਹੀਦਾ ਹੈ, ਔਰ ਜਿਹੜੇ ਉੱਥੇ ਬਚੇ ਲੋਕ ਨੇ ਉਹਨਾਂ ਦਾ ਘੱਟੋ ਘੱਟ ਕੋਈ ਬਚਾਅ ਹੋ ਸਕੇ, ਉਹਨਾਂ ਦਾ ਧਰਮ ਬਚ ਸਕੇ, ਉਹਨਾਂ ਦੀ ਪਰਿਵਾਰ ਬਚ ਸਕਣ, ਉਹਨਾਂ ਦੀਆਂ ਬੱਚੀਆਂ ਨੂੰ ਬਚਾਇਆ ਜਾ ਸਕੇ, ਇਹਦੇ ਵਾਸਤੇ ਵਿਦੇਸ਼ ਮੰਤਰਾਲਿਆਂ ਨੂੰ ਹੋਰ ਕੜੇ ਸ਼ਬਦ ਕੜੇ ਫੈਸਲੇ ਔਰ ਕੜੇ ਕਦਮ ਚੁੱਕਣ ਦੀ ਲੋੜ ਆ।